ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ 15000 ਤੋਂ ਘੱਟ ਤਨਖਾਹ ਲੈਣ ਵਾਲਿਆਂ ਲਈ ਸਰਕਾਰ ਨੇ ਕਰਤਾ ਵੱਡਾ ਐਲਾਨ ਲੋਕਾਂ 'ਚ ਸ਼ਾਈ ਖੁਸ਼ੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ ਆ ਦਿੱਤਾ ਹੈ ਜਿੱਥੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਕੋਵਿਡ ਮਹਾਮਾਰੀ ਕਾਰਨ ਕਈ ਲੋਕ ਆਪਣੀ ਜੋਬ ਤੋਂ ਹੱਤੋਂ ਬੈਠੇ ਹਨ ਸਰਕਾਰ ਨੇ ਇਸ ਦੁਆਰਾ ਰੋਜ਼ਗਾਰ ਵਧਾਉਣ ਦੇ ਲਈ ਅਕਤੂਬਰ 2020 ਚ ਆਤਮ ਨਿਰਭਰ ਭਾਰਤ ਯੋਜਨਾ ਸ਼ੁਰੂ ਕੀਤੀ ਸੀ ਇਸ ਯੋਜਨਾ ਦਾ ਫਾਇਦਾ ਉਹਨਾਂ ਲੋਕਾਂ ਨੂੰ ਮਿਲਣਾ ਤੈਅ ਹੋਇਆ ਸੀ ਜੋ ਅਕਤੂਬਰ 2020 ਤੋਂ 31 ਮਾਰਚ 2022 ਤੱਕ ਨਿਯੁਕਤ ਹੋ ਚੁੱਕੇ ਜਾਂ ਹੋਣਗੇ 2810 ਕਰੋੜ ਰੁਪਏ ਦੇ ਖਰਚੇ ਦੀ ਇਸ ਯੋਜਨਾ ਦੇ ਫਾਇਦੇ ਹੁਣ ਤੱਕ 21 ਲੱਖ ਤੋਂ ਵੀ ਜ਼ਿਆਦਾ ਨੌਜਵਾਨ ਮਿਲ ਚੁੱਕੇ ਹਨ ਕੌਣ ਹੈ ਇਜ਼ੀਬਲ ਮੁਲਾਜ਼ਮ ਵਿਪਕਨ ਦੀ ਸੰਗਠਨਾਂ ਚ ਰਜਿਸਟ੍ਰੇਸ਼ਨ ਸਥਾਨ ਇਹ ਯੋਜਨਾ ਸ਼ਾਮਲ ਹੈ ਇਸ ਯੋਜਨਾ ਤਹਿਤ ਨਵੇਂ ਵਰਕਰ ਦਾ ਵਿਪਕਨ ਦੀ ਖਾਤਨਾ ਚ ਹਿੱਸੇ ਦੀ ਜ਼ਿੰਮੇਵਾਰੀ ਕੁਝ ਸਾਂਝੀ ਸਰਕਾਰ ਨੂੰ ਆਪਣੇ ਉੱਪਰ ਲੈਂਦੀ ਹੈ A R B R Y ਦਾ ਬਜਟ A B R Y ਬਿੱਤੀ ਹਫਤੇ ਵਿੱਚ ਵਿੱਤ ਮੰਤਰੀ ਨੀਤਾ ਸਲਮਾਨਾ ਨੇ ਦੱਸਿਆ ਕਿ 18 ਜੂਨ 2021 ਤੱਕ ਇਸ ਯੋਜਨਾ ਤਹਿਤ 21.42 ਲੱਖ ਲੋਕਾਂ ਨੂੰ ਫਾਇਦਾ ਹੋਏਗਾ ਕੀ ਹੈ এবਆਰਯ ਆਤਮ ਨਿਰਭਰ ਪਾਰ ਤਰਜ਼ਗਾਰ ਦੀ ਸ਼ੁਰੂਆਤ ਬਿੱਤੇ ਸਾਲ 1 ਅਕਤੂਬਰ ਨੂੰ ਕੀਤੀ ਗਈ ਸੀ ਇਸ ਤਹਿਤ ਮੁਲਾਜ਼ਮ ਪਿਕ ਨਿਧੀ ਸੰਗਠਨਾਂ ਤੋਂ ਦਿੱਤੇ ਜਾਣ ਵਾਲੇ ਯੋਗਦਾਨ ਪ੍ਰੋਵਾਈਡੈਂਟ ਫੰਡ ਕੰਟਰੀਬਿਊਸ਼ਨ ਤੇ ਸਰਕਾਰੀ ਮਦਦ ذریعے ਕੰਪਨੀਆਂ ਨੂੰ ਨਵੇਂ ਰੋਜ਼ਗਾਰ ਪੈਦਾ ਕਰਨ ਉਸਗਾਰ ਦੇ ਨੁਕਸਾਨ ਦੀ ਭਰਪਾਈ ਲਈ ਪ੍ਰੋਸਾਹਨ ਦਿੱਤਾ ਜਾਏਗਾ ਯੋਜਨਾ ਤਹਿਤ 58.50 ਲੱਖ ਅਨੁਮਾਨਤ ਲਾਭਪਾਤਰੀਆਂ ਲਈ 22810 ਕਰੋੜ ਰੁਪਏ ਦੀ ਆਮ ਲੱਟਮ ਅਲਾਟਮੈਂਟ ਦੀ ਮਨਜ਼ੂਰੀ ਦਿੱਤੀ ਗਈ ਹੈ 2022 ਤੱਕ ਮਿਲੇਗਾ ਫਾਇਦਾ ਤੇ ਜੋਬ ਵਧਨ ਗਿਆ ਯੋਜਨਾ ਦਾ ਮਕਸਦ ਕੰਪਨੀਆਂ ਦੇ ਵਿਤੀ ਬੋਝ ਨੂੰ ਘਟਾਉਣ ਦਾ ਕੇ ਰੋਜ਼ਗਾਰ ਨੂੰ ਹੱਲਾਸ਼ੀਰੀ ਦੇਣਾ ਹੈ ਯੋਜਨਾ ਚ ਪਾਰ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕੁੱਲ 24 ਫੀਸਦੀ ਯੋਜਨਾ ਦਾ ਭੁਗਤਾਨ ਆਪਣੇ ਵੱਲੋਂ ਕਰੇਗੀ ਇਹ ਸੂਲ ਉਹਨਾਂ ਮੁਲਾਜ਼ਮਾਂ ਦੇ ਮਾਮਲੇ ਚ ਦਰਜ ਕੀਤੀ ਗਈ ਹੈ ਜਿਨ੍ਹਾਂ ਦੀ ਤਰਕਾਹ 25000 ਰੁਪਏ ਮਾਸਿਕ ਤੱਕ ਹੈ ਤੇ ਜਿਨ੍ਹਾਂ ਕੰਪਨੀਆਂ 'ਚ ਕੁੱਲ ਮੁਲਾਜ਼ਮਾਂ ਦੀ ਗਿਣਤੀ 1000 ਤੱਕ ਹੈ ਖਬਰ ਨੂੰ ਲਾਸਟ ਤੱਕ ਦੇਖੋ